ਤਿੰਨੇ ਤਾਪ, ਤਿੰਨੇ ਤਾਪ ਨਿਵਾਰ ਨਹਾਰਾ ਦੁਖੰਤਾ ਸੁਕਰਾਸ ਤਾਂ ਕਿ ਵਿਘਨ ਨਾ ਕੂ ਲਾਗੈ ਜਾਂ ਕੀ ਪ੍ਰਭਾ ਗਰਦਾਸ। ਇਹ ਸ਼ਬਦ ਬਹੁਤ ਵਧੀਆ ਸਾਰਾ ਕੰਠ ਕਰਨਾ। ਇਹ ਆਈਨੇ ਆਪਾਂ ਦੋ ਪੰਕਤੀਆਂ ਆਉਂਦੀਆਂ, ਫਿਰ ਆਪਾਂ ਦੇਖਦੇ ਟੋਡੀ ਮਹੱਲਾ ਪੰਜਵਾਂ, ਹਰ ਕੇ ਚਰਨ ਕਮਲ ਮਨ ਧਿਆਓ, ਕਾਢ ਕੁਠਾਰ ਪਿੱਤ ਬਾਤ ਹੰਤਾ ਔਖਦ ਹਰ ਕੋ ਨਾਉ। ਇਹ ਜਿਹੜਾ ਨਾ ਬਾਏ ਪਿੱਤ ਕਫ ਹੈ, ਤਿੰਨਾਂ ਨੂੰ ਕੱਟਣ ਵਾਲਾ ਸ਼ਬਦ ਹੈ, ਇਹ ਬੈਲੈਂਸ ਵਿੱਚ ਲਿਆਉਂਦਾ। ਬਾਏ ਪਿੱਤ ਕਫ, ਤਿੰਨ ਬਿਮਾਰੀਆਂ ਤੋਂ ਸਾਰੀਆਂ ਬਿਮਾਰੀਆਂ ਚੱਲਦੀਆਂ ਨੇ। ਇਸ ਕਰਕੇ ਇਹ ਜਿਹੜਾ ਸ਼ਬਦ ਹੈ ਕੰਠ ਕਰਕੇ ਥੋੜ੍ਹਾ ਬਹੁਤ ਪੜ੍ਹ ਲੈਣਾ ਚਾਹੀਦਾ, ਤਾਂ ਕਿ ਪਤਾ ਲੱਗੇ।